ਸ਼੍ਰੀ ਅਕਾਲ ਜੀ। ਨਿਊਜ਼ਲਾਈਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿੱਥੇ ਸਰਕਾਰਾਂ ਆਪਣੀ ਕੋਸ਼ਿਸ਼ 'ਤੇ ਲੱਗੀਆਂ ਹਨ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਉੱਥੇ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਸਮਾਜ ਵਿੱਚ ਅਣਜੰਮੀਆਂ ਲੜਕੀਆਂ ਨੂੰ ਮਾਂ ਦੇ ਪੇਟ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ। ਪਰ ਤੁਸੀਂ ਸੋਚ ਸਕਦੇ ਹੋ ਕਿ ਕੋਈ ਮਹਾਨ ਵਿਅਕਤੀ ਧੀ ਦੇ ਜੰਮਣ 'ਤੇ ਪੁੱਤ ਨਾਲੋਂ ਕਿਤੇ ਜ਼ਿਆਦਾ ਵੱਧ ਕੇ ਖੁਸ਼ੀ ਮਨਾ ਸਕਦਾ ਹੈ? ਜੀ ਹਾਂ, 6 ਅਗਸਤ ਨੂੰ ਸ਼੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਗੁਰਪੁਰਬ ਵਾਲੇ ਦਿਨ ਪਟਿਆਲਾ ਦੇ ਹਸਪਤਾਲ ਵਿੱਚ ਸੰਗਤ ਕੌਰ ਜੀ ਦੀ ਕੁੱਖੋਂ ਇੱਕ ਲੜਕੀ ਨੇ ਜਨਮ ਲਿਆ। ਲੜਕੀ ਦੇ ਜਨਮ ਦੇ ਸਾਰੇ ਗੁਰਸਿੱਖ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ, ਪਰ ਲੜਕੀ ਦਾ ਪਿਤਾ ਜਸ਼ਨਜੀਤ ਸਿੰਘ ਫੁੱਲੀ ਨਹੀਂ ਸਮਾ ਰਿਹਾ ਸੀ। ਉਹ ਆਪਣੀ ਪਤਨੀ ਤੇ ਨਵਜੰਮੀ ਬੱਚੀ ਨੂੰ ਫੁੱਲਾਂ ਵਾਲੀ ਕਾਰ ਦੇ ਰਾਹੀਂ ਹਸਪਤਾਲ ਤੋਂ ਘਰ ਲੈ ਕੇ ਗਏ। ਜਦੋਂ ਸਾਡੀ ਟੀਮ ਵੱਲੋਂ ਜਸ਼ਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਜ਼ਿਲ੍ਹਾ ਪਟਿਆਲਾ ਨਾਭਾ ਦੇ ਪਿੰਡ ਗੁਣੀਕੇ ਦੇ ਰਹਿਣ ਵਾਲੇ ਹਨ। ਉਹਨਾਂ ਦਾ ਸਾਰਾ ਪਰਿਵਾਰ ਇੱਕ ਗੁਰਸਿੱਖ ਪਰਿਵਾਰ ਹੈ ਅਤੇ ਉਹ ਧੀ ਅਤੇ ਪੁੱਤ ਵਿੱਚ ਕੋਈ ਫਰਕ ਨਹੀਂ ਸਮਝਦੇ। ਸਗੋਂ ਜਸ਼ਨਜੀਤ ਸਿੰਘ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਪਰਮਾਤਮਾ ਨੇ ਉਹਨਾਂ ਨੂੰ ਇਸ ਲਾਇਕ ਸਮਝਿਆ ਹੈ ਤੇ ਧੀ ਦੀ ਦਾਤ ਬਖਸ਼ੀ ਹੈ। ਨਾਲ ਹੀ ਜਸ਼ਨਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਆਪਣੀ ਧੀ ਦਾ ਨਾਮ ਗੁਰਸਿਫਤ ਕੌਰ ਰੱਖਿਆ ਹੈ। ਨਿਊਜ਼ਲਾਈਨ ਚੈਨਲ ਦੀ ਸਾਰੀ ਟੀਮ ਵੱਲੋਂ ਇਹੀ ਅਰਦਾਸ ਹੈ ਕਿ ਪਰਮਾਤਮਾ ਉਹਨਾਂ ਦੀ ਧੀ ਨੂੰ ਲੰਬੀ ਉਮਰ ਤੇ ਜਸ਼ਨਜੀਤ ਸਿੰਘ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ। ਸਾਨੂੰ ਸਾਰਿਆਂ ਨੂੰ ਜਸ਼ਨਜੀਤ ਸਿੰਘ ਤੋਂ ਇਹੀ ਪ੍ਰੇਰਣਾ ਮਿਲਦੀ ਹੈ ਕਿ ਕਿਸੇ ਧੀ ਦਾ ਭੁੱਖ ਵਿੱਚ ਕਤਲ ਨਾ ਕੀਤਾ ਜਾਵੇ, ਸਗੋਂ ਅੱਜ ਕੱਲ੍ਹ ਦੇ ਸਮੇਂ ਵਿੱਚ ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ। ਜੇ ਤੁਹਾਨੂੰ ਵੀ ਜਸ਼ਨਜੀਤ ਸਿੰਘ ਦੀ ਇਹ ਸੋਚ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਹਰ ਕਿਸੇ ਤੱਕ ਇਹ ਵੀਡੀਓ ਪਹੁੰਚ ਸਕੇ, ਤਾਂ ਜੋ ਅੱਗੇ ਤੋਂ ਕੋਈ ਧੀ ਭੁੱਖ ਵਿੱਚ ਕਤਲ ਨਾ ਹੋਵੇ ਅਤੇ ਹਰ ਕਿਸੇ ਦੀ ਸੋਚ ਜਸ਼ਨਜੀਤ ਸਿੰਘ ਵਰਗੀ ਹੋਵੇ। ਇਸ ਖਬਰ ਵਿੱਚ ਇੰਨਾ ਹੀ। ਹੋਰ ਤਾਜ਼ਾਤਰੀਨ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ਲਾਈਨ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਣੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਪਾਉਣ ਲਈ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾਓ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।